ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੰਜਾਬ ਵਾਸੀਆਂ ਨੂੰ ਔਰ ਦੇਸ਼ ਵਾਸੀਆਂ ਨੂੰ ਗੁਰੂ ਸਿੱਖ ਪਿਆਰੀ ਸਾਧ ਸੰਗਤ ਵੱਲੋਂ ਸਤਿ ਸ਼੍ਰੀ ਅਕਾਲ ਜੀ। ਪਰ ਰਸੀਆ ਦੀ ਇੱਕ ਬੇਨਤੀ ਹੈ ਜੀ, ਦੇਸ਼ ਵਾਸੀਆਂ ਨੂੰ ਅਤੇ ਪੰਜਾਬ ਸਰਕਾਰ ਅੱਗੇ। ਅਸੀਂ ਜੀ ਆਸਾਮ ਆਏ ਸੀਗੇ ਕੰਮ ਕਾਰ ਕਰਨ ਵਾਸਤੇ। ਸਾਡੇ ਵੱਡੇ ਮਾਣਯੋਗ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਅਪੀਲ ਹੈ ਜੀ ਗੁਰੂ ਸਿੱਖ ਸੰਗਤ ਪਿਆਰੀ ਦੀ, ਕਿ ਅਸੀਂ ਆਸਾਮ ਆ ਕੇ ਕਾਰੋਬਾਰ ਬਿਜਨਸ ਕਰਨ ਆਉਂਦੇ ਹਾਂ ਜੀ, ਇੱਥੇ ਆ ਕੇ ਫਸ ਚੁੱਕੇ ਹਾਂ ਜੀ। ਲੋਕਡਾਊਨ ਹੋਇਆ ਹੈ, ਸਰਕਾਰ ਦੇ ਕੋਈ ਇਹਦੇ ਵਿੱਚ ਦੋਸ਼ ਹੈ ਵੀ ਨਹੀਂ ਜੀ, ਪਰ ਸਾਡੀ ਸਰਕਾਰ ਅੱਗੇ ਇਹੀ ਅਪੀਲ ਹੈ ਜੀ, ਸਾਨੂੰ ਇਸ ਲੋਕਡਾਊਨ ਤੋਂ ਆਪਣੇ ਪੰਜਾਬ ਸਟੇਟ ਫਿਰੋਜ਼ਪੁਰ ਦੇ ਵਿੱਚ ਪਹੁੰਚਾਇਆ ਜਾਵੇ, ਕਿਉਂਕਿ ਲੋਕਡਾਊਨ ਕੀਤਾ ਗਿਆ ਸੀਗਾ ਜੀ 22 ਤਰੀਕ ਤੋਂ 31 ਤਰੀਕ ਤੱਕ। ਉਸ ਤੋਂ ਬਾਅਦ ਇਹਨਾਂ ਨੇ ਲੋਕਡਾਊਨ ਵਧਾ ਦਿੱਤਾ ਜੀ 15 ਅਪ੍ਰੈਲ ਤੱਕ, ਅਤੇ ਉਸ ਤੋਂ ਬਾਅਦ 3 ਮਈ ਤੱਕ ਕਰ ਦਿੱਤਾ ਜੀ। ਹੁਣ 3 ਮਈ ਦਾ ਵੀ ਕੋਈ ਟ੍ਰੇਨਾਂ ਦਾ ਖੁੱਲ੍ਹਣ ਦੀ ਸਾਨੂੰ ਕੋਈ ਸੰਭਾਵਨਾ ਨਹੀਂ ਲੱਗਦੀ, ਅਤੇ ਨਾ ਹੀ ਕੁਛ ਸਾਨੂੰ ਸਰਕਾਰ ਵੱਲੋਂ ਇੱਦਾਂ ਕੁਛ ਨਜ਼ਰ ਆ ਰਿਹਾ ਕਿ ਟ੍ਰੇਨਾਂ ਚੱਲਣ। ਅਸੀਂ ਪੰਜਾਬ ਤੋਂ ਬਹੁਤ ਜ਼ਿਆਦਾ ਦੂਰ ਆਸਾਮ ਸਟੇਟ ਦੇ ਵਿੱਚ ਹਰ ਮਤੀ ਰੁਕੇ ਹਾਂ ਜੀ, ਕੰਮ ਕਾਰ ਬਿਜ਼ਨਸ ਕਰਨ ਆਉਂਦੇ ਹਾਂ ਜੀ। ਉੱਥੇ ਕੰਮ ਕੀਤਾ ਕੁਝ ਦਿਨਾਂ ਵਾਸਤੇ ਜੀ, ਅਤੇ ਕੰਮ ਤੋਂ ਬਾਅਦ ਲੋਕਡਾਊਨ ਕਰ ਦਿੱਤਾ ਜੀ। ਹੁਣ ਸਾਡੇ ਪਿੱਛੇ ਬੈਕ ਛੋਟੇ ਛੋਟੇ ਬੱਚੇ ਹਨ, ਪਰਿਵਾਰ ਹੈ, ਅਸੀਂ ਪੰਜਾਬ ਦੇ ਵਸਨੀਕ ਫਿਰੋਜ਼ਪੁਰ ਜ਼ਿਲ੍ਹੇ ਦੇ ਹਾਂ ਜੀ। ਉੱਥੇ ਦੀ ਮੌਜੂਦਾ ਸਰਕਾਰ MLA ਸਰਦਾਰ ਪਰਮਿੰਦਰ ਸਿੰਘ ਪਿੰਕੀ ਜੋ ਮੌਜੂਦਾ ਹਨ ਸਾਡੀ, ਉਹਨਾਂ ਦੇ ਅੱਗੇ ਵੀ ਹੱਥ ਜੋੜ ਕੇ ਅਪੀਲ ਹੈ ਜੀ ਕਿ ਜੋ ਸੰਗਤ ਇੱਥੇ ਪ੍ਰਸਾਨ ਅਸੀਂ ਚਾਰ ਸਿੰਘ ਬੈਠੇ ਹਾਂ ਜੀ, ਵੈਸੇ ਤਾਂ ਸਾਡੇ ਸਾਰੇ ਹੀ ਦੇਸ਼ ਦੇ ਵਿੱਚ ਬਹੁਤ ਪਰਦੇਸੀ ਹਨ, ਕੋਈ ਭੈਣ ਭਰਾ ਵੀਰ ਬਿਜ਼ਨਸ ਕਰ ਰਿਹਾ ਹੈ ਪ੍ਰਦੇਸਾਂ 'ਚੋਂ, ਕੋਈ ਮਜ਼ਦੂਰੀ ਕਰ ਰਿਹਾ ਹੈ ਅਤੇ ਕੋਈ ਤੀਰਥ ਯਾਤਰਾ ਕਰ ਰਿਹਾ, ਸਭ ਸੰਗਤ ਫਸੀ ਹੋਈ ਹੈ ਜੀ। ਉਹਨਾਂ ਦੀ ਹੈਲਪ ਕੀਤੀ ਹੈ ਅਤੇ ਸਰਕਾਰ ਕਰ ਵੀ ਰਹੀ ਹੈ, ਸਾਨੂੰ ਸਰਕਾਰ 'ਤੇ ਬਹੁਤ ਮਾਣ ਹੈ, ਜੋ ਮੁੱਖ ਮੰਤਰੀ ਸਾਹਿਬ ਉਹਨਾਂ 'ਤੇ ਵੀ ਮਾਣ ਹੈ, ਜੋ PM ਮੋਦੀ ਸਾਹਿਬ ਨੇ ਉਹਨਾਂ 'ਤੇ ਵੀ ਬਹੁਤ ਮਾਣ ਹੈ, ਉਹਨਾਂ ਨੇ ਦੇਸ਼ ਵਾਸਤੇ ਬਹੁਤ ਅੱਛਾ ਕੀਤਾ। ਪਰ ਅਸੀਂ ਉਹਨਾਂ ਅੱਗੇ ਹੱਥ ਜੋੜ ਕੇ ਅਪੀਲ ਕਰਦੇ ਹਾਂ ਜੀ, ਸਾਡੇ ਵਾਸਤੇ ਵੀ ਕੋਈ ਜ਼ਰੀਆ ਬਣਾਇਆ ਜਾਵੇ ਜਾਂ ਕੋਈ ਸਾਨੂੰ ਲਿਖ ਕੇ ਫਿਰੋਜ਼ਪੁਰ ਤੋਂ ਸਾਡੇ ਮੌਜੂਦਾ MLA ਸਾਹਿਬ ਲਿਖ ਪੱਤਰ ਜਾਂ ਕੋਈ ਸਾਡੀ ਹੈਲਪ ਦਾ ਸਾਨੂੰ ਆਦੇਸ਼ ਦੇਣ, ਅਤੇ ਅਸੀਂ ਆਪਣੇ ਪਰਿਵਾਰ ਵਿੱਚ ਪੰਜਾਬ ਫਿਰੋਜ਼ਪੁਰ 'ਚ ਪਹੁੰਚ ਸਕੀਏ, ਕਿਉਂਕਿ ਹੁਣ ਬਹੁਤ ਜ਼ਿਆਦਾ ਹੀ ਪਰੇਸ਼ਾਨੀਆਂ ਹੋ ਰਹੀਆਂ। ਜੋ ਇੱਧਰ ਦੇ ਭਾਈਚਾਰਾ ਹੈ ਵਿਚਾਰੇ ਆਸਾਮ ਦੇ ਕੁਝ ਲੋਕ ਹਨ, ਇਹਨਾਂ ਨੇ ਸਾਡੀ ਹੈਲਪ ਕੀਤੀ ਵੀ ਹੈ, ਪਰ ਹੁਣ ਹਰ ਕਿਸੇ ਦੇ ਹਾਲਾਤ ਮਾੜੇ ਹਨ ਜੀ, ਘਰਾਂ ਦੇ ਵਿੱਚ, ਕਾਰੋਬਾਰ ਦੇ ਵਿੱਚ। ਹੁਣ ਅੱਗੋਂ ਸਾਡੀ ਕੋਈ ਹੈਲਪ ਕਰ ਵੀ ਨਹੀਂ ਸਕਦਾ, ਅਤੇ ਆਪਾਂ ਕਿਸੇ ਨੂੰ ਕਹਿ ਵੀ ਨਹੀਂ ਸਕਦੇ। ਖਾਣ 'ਚੋਂ ਪੀਣ 'ਚੋਂ ਵੀ ਬਹੁਤ ਦਿੱਕਤ ਹੋ ਰਹੀ ਹੈ, ਅਤੇ ਬਾਕੀ ਪਿੱਛੇ ਸਾਡੇ ਪਰਿਵਾਰ ਦੇ ਛੋਟੇ ਛੋਟੇ ਬੱਚੇ ਹਨ, ਨਾਲ ਸਾਡੇ ਬਜ਼ੁਰਗ ਵੀ ਬੈਠੇ ਹਨ, ਇਹਨਾਂ ਨੂੰ ਵੀ ਬਹੁਤ ਕਠਿਨਾਈਆਂ ਆ ਰਹੀਆਂ ਹਨ ਜੀ। ਸਾਡੀ ਹੱਥ ਜੋੜ ਕੇ ਪੰਜਾਬ ਸਰਕਾਰ ਨੂੰ, ਦੇਸ਼ ਸਰਕਾਰ ਨੂੰ, ਸਾਰਿਆਂ ਅੱਗੇ ਅਪੀਲ ਹੈ ਜੀ, ਸਾਨੂੰ ਪੰਜਾਬ ਸਟੇਟ ਫਿਰੋਜ਼ਪੁਰ ਦੇ ਵਿੱਚ ਇੱਥੋਂ ਭੇਜਣ ਦਾ ਕੋਈ ਉਪਰਾਲਾ ਕੀਤਾ ਜਾਵੇ। ਬਾਕੀ ਜੀ ਹੱਥ ਜੋੜ ਕੇ ਬੇਨਤੀ ਹੈ, ਕੋਰੋਨਾ ਵਾਇਰਸ ਜੋ ਉਸ ਕਾਰਨ ਜੀ ਸਾਨੂੰ ਕੋਈ ਟ੍ਰੇਨ ਵੀ ਨਹੀਂ ਮਿਲ ਰਹੀ ਜੀ ਪੰਜਾਬ ਜਾਣ ਵਾਸਤੇ, ਅਤੇ ਅਸੀਂ ਇਸ ਟਾਈਮ ਆਸਾਮ ਸਰਕਾਰ ਨੂੰ ਵੀ ਹੱਥ ਜੋੜ ਕੇ ਬੇਨਤੀ ਅਪੀਲ ਕਰਦੇ ਹਾਂ ਜੀ, ਸਾਨੂੰ ਪੰਜਾਬ ਪਹੁੰਚਾਇਆ ਜਾਵੇ। ਇਸ ਟਾਈਮ ਅਸੀਂ ਬੈਠੇ ਹਾਂ ਜੀ ਲਖਨਪੁਰ ਜ਼ਿਲ੍ਹਾ, ਸਟੇਟ ਹੈ ਜੀ ਆਸਾਮ, ਹਰਮਤੀ ਗਾਓਂ, ਇੱਥੇ ਅਸੀਂ ਰੁਕੇ ਹਾਂ। ਬਹੁਤ ਜ਼ਿਆਦੀਆਂ ਪਰੇਸ਼ਾਨੀਆਂ ਹੋ ਰਹੀਆਂ ਜੀ, ਸਾਡੀ ਦੋਨਾਂ ਸਰਕਾਰਾਂ ਨੂੰ ਹੱਥ ਜੋੜ ਕੇ ਬੇਨਤੀ ਹੈ, ਪੰਜਾਬ ਸਰਕਾਰ ਨੂੰ, ਆਸਾਮ ਸਰਕਾਰ ਨੂੰ, ਸਾਨੂੰ ਫਿਰੋਜ਼ਪੁਰ ਸਾਡੇ ਬੱਚਿਆਂ 'ਚੋਂ ਪਰਿਵਾਰ 'ਚੋਂ ਭਜਾਇਆ ਜਾਵੇ। ਉੱਥੇ ਫਿਰੋਜ਼ਪੁਰ ਸਿਟੀ ਦਾ ਐਡਰੈਸ ਹੈ ਜੀ ਬਾਂਸੀ ਗੇਟ ਚੌਂਕ ਹੈ ਜੀ, ਨਿਊ ਨਾਨਕਪੁਰਾ, ਔਰ ਸਾਡਾ ਮੋਬਾਈਲ ਨੰਬਰ ਹੈ ਜੀ 9779313448 9779313448। ਅਸੀਂ ਦੋਨਾਂ ਸਰਕਾਰਾਂ ਦੇ ਧੰਨਵਾਦੀ ਹੋਵਾਂਗੇ ਜੀ, ਔਰ ਸਤਿ ਸ਼੍ਰੀ ਅਕਾਲ ਜੀ।